ਇੱਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆ ਰਿਹਾ ਹੈ ਜਿੱਥੇ ਯੂਪੀ ਦੇ ਜ਼ਿਲ੍ਹੇ 'ਚ ਤੈਨਾਤ ਮਹਿਲਾ ਜੱਜ ਨੇ ਆਪਣੇ ਜ਼ਿਲ੍ਹਾ ਜੱਜ ਤੋਂ ਤੰਗ ਆ ਕੇ ਭਾਰਤ ਦੇ ਮੁੱਖ ਜੱਜ ਨੂੰ ਪੱਤਰ ਲਿਖ ਇੱਕ ਅਜਿਹੀ ਮੰਗ ਰੱਖੀ ਜਿਸ ਨੂੰ ਸੁਣ ਤੁਸੀਂ ਵੀ ਹੈਰਾਨ ਰਹਿ ਜਾਓਗੇ। ਦਰਅਸਲ ਮਾਮਲਾ ਉੱਤਰ ਪ੍ਰਦੇਸ਼ ਦਾ ਦੱਸਿਆ ਜਾ ਰਿਹਾ ਹੈ ਜਿੱਥੇ ਮਹਿਲਾ ਜੱਜ ਨੇ ਆਪਣੇ ਜ਼ਿਲ੍ਹਾ ਜੱਜ ਤੋਂ ਤੰਗ ਆ ਕੇ ਭਾਰਤ ਦੇ ਮੁੱਖ ਜੱਜ ਨੂੰ ਪੱਤਰ ਲਿਖ ਆਪਣੀ ਜੀਵਨ ਲੀਲਾ ਸਮਾਪਤ ਕਰਨ ਦੀ ਗੱਲ ਆਖੀ ਅਤੇ ਅਸਲ 'ਚ ਮਹਿਲਾ ਜੱਜ ਦੇ ਅਨੁਸਾਰ 7 ਅਕਤੂਬਰ 2022 ਨੂੰ ਉਹਨਾਂ ਦੀ ਪਿਛਲੀ ਪੋਸਟਿੰਗ ਜ਼ਿਲ੍ਹੇ ਵਿੱਚ ਕੰਮ ਕਰਦੇ ਹੋਏ ਜ਼ਿਲ੍ਹਾ ਬਾਰ ਐਸੋਸੀਏਸ਼ਨ ਨੇ ਅਦਾਲਤੀ ਕੰਮਕਾਜ ਦਾ ਬਾਈਕਾਟ ਕੀਤਾ ਸੀ ਅਤੇ ਉਸੇ ਦਿਨ ਉਹ ਸਵੇਰੇ 10:30 ਵਜੇ ਅਦਾਲਤ ਵਿੱਚ ਕੰਮ ਕਰ ਰਹੀ ਸੀ ਅਤੇ ਇਸੇ ਦੌਰਾਨ ਬਾਰ ਐਸੋਸੀਏਸ਼ਨ ਦੇ ਜਨਰਲ ਸਕੱਤਰ ਸੀਨੀਅਰ ਮੀਤ ਪ੍ਰਧਾਨ ਅਤੇ ਕਈ ਅਧਿਕਾਰੀ ਅਤੇ ਵਕੀਲ ਕੋਰਟ ਰੂਮ ਵਿੱਚ ਦਾਖਲ ਹੋਏ ਅਤੇ ਉਸ ਮਹਿਲਾ ਜੱਜ ਨਾਲ ਦੁਰਵਿਵਹਾਰ ਕੀਤਾ। ਅਗਲੇ ਦਿਨ 8 ਅਕਤੂਬਰ ਨੂੰ ਜਦੋਂ ਸੀਨੀਅਰ ਜੱਜ ਨੂੰ ਸ਼ਿਕਾਇਤ ਕੀਤੀ ਗਈ ਤਾਂ ਸੁਣਵਾਈ ਨਹੀਂ ਹੋਈ ਅਤੇ ਹਾਈ ਕੋਰਟ ਨੇ ਵੀ ਸ਼ਿਕਾਇਤ ਤੋਂ ਬਾਅਦ ਕੋਈ ਨੋਟਿਸ ਨਹੀਂ ਲਿਆ ਜਿਸ ਕਾਰਨ ਮਹਿਲਾ ਜੱਜ ਵੱਲੋਂ ਭਾਰਤ ਦੇ ਮੁੱਖ ਜੱਜ ਨੂੰ ਪੱਤਰ ਲਿਖ ਆਪਣੀ ਜੀਵਨ ਲੀਲਾ ਸਮਾਪਤ ਕਰਨ ਦੀ ਗੱਲ ਆਖੀ ਗਈ। ਇੱਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆ ਰਿਹਾ ਹੈ ਜਿੱਥੇ ਯੂਪੀ ਦੇ ਜ਼ਿਲ੍ਹੇ 'ਚ ਤੈਨਾਤ ਮਹਿਲਾ ਜੱਜ ਨੇ ਆਪਣੇ ਜ਼ਿਲ੍ਹਾ ਜੱਜ ਤੋਂ ਤੰਗ ਆ ਕੇ ਭਾਰਤ ਦੇ ਮੁੱਖ ਜੱਜ ਨੂੰ ਪੱਤਰ ਲਿਖ ਇੱਕ ਅਜਿਹੀ ਮੰਗ ਰੱਖੀ ਜਿਸ ਨੂੰ ਸੁਣ ਤੁਸੀਂ ਵੀ ਹੈਰਾਨ ਰਹਿ ਜਾਓਗੇ। ਦਰਅਸਲ ਮਾਮਲਾ ਉੱਤਰ ਪ੍ਰਦੇਸ਼ ਦਾ ਦੱਸਿਆ ਜਾ ਰਿਹਾ ਹੈ ਜਿੱਥੇ ਮਹਿਲਾ ਜੱਜ ਨੇ ਆਪਣੇ ਜ਼ਿਲ੍ਹਾ ਜੱਜ ਤੋਂ ਤੰਗ ਆ ਕੇ ਭਾਰਤ ਦੇ ਮੁੱਖ ਜੱਜ ਨੂੰ ਪੱਤਰ ਲਿਖ ਆਪਣੀ ਜੀਵਨ ਲੀਲਾ ਸਮਾਪਤ ਕਰਨ ਦੀ ਗੱਲ ਆਖੀ ਅਤੇ ਅਸਲ 'ਚ ਮਹਿਲਾ ਜੱਜ ਦੇ ਅਨੁਸਾਰ 7 ਅਕਤੂਬਰ 2022 ਨੂੰ ਉਹਨਾਂ ਦੀ ਪਿਛਲੀ ਪੋਸਟਿੰਗ ਜ਼ਿਲ੍ਹੇ ਵਿੱਚ ਕੰਮ ਕਰਦੇ ਹੋਏ ਜ਼ਿਲ੍ਹਾ ਬਾਰ ਐਸੋਸੀਏਸ਼ਨ ਨੇ ਅਦਾਲਤੀ ਕੰਮਕਾਜ ਦਾ ਬਾਈਕਾਟ ਕੀਤਾ ਸੀ ਅਤੇ ਉਸੇ ਦਿਨ ਉਹ ਸਵੇਰੇ 10:30 ਵਜੇ ਅਦਾਲਤ ਵਿੱਚ ਕੰਮ ਕਰ ਰਹੀ ਸੀ ਅਤੇ ਇਸੇ ਦੌਰਾਨ ਬਾਰ ਐਸੋਸੀਏਸ਼ਨ ਦੇ ਜਨਰਲ ਸਕੱਤਰ ਸੀਨੀਅਰ ਮੀਤ ਪ੍ਰਧਾਨ ਅਤੇ ਕਈ ਅਧਿਕਾਰੀ ਅਤੇ ਵਕੀਲ ਕੋਰਟ ਰੂਮ ਵਿੱਚ ਦਾਖਲ ਹੋਏ ਅਤੇ ਉਸ ਮਹਿਲਾ ਜੱਜ ਨਾਲ ਦੁਰਵਿਵਹਾਰ ਕੀਤਾ। ਅਗਲੇ ਦਿਨ 8 ਅਕਤੂਬਰ ਨੂੰ ਜਦੋਂ ਸੀਨੀਅਰ ਜੱਜ ਨੂੰ ਸ਼ਿਕਾਇਤ ਕੀਤੀ ਗਈ ਤਾਂ ਸੁਣਵਾਈ ਨਹੀਂ ਹੋਈ ਅਤੇ ਹਾਈ ਕੋਰਟ ਨੇ ਵੀ ਸ਼ਿਕਾਇਤ ਤੋਂ ਬਾਅਦ ਕੋਈ ਨੋਟਿਸ ਨਹੀਂ ਲਿਆ ਜਿਸ ਕਾਰਨ ਮਹਿਲਾ ਜੱਜ ਵੱਲੋਂ ਭਾਰਤ ਦੇ ਮੁੱਖ ਜੱਜ ਨੂੰ ਪੱਤਰ ਲਿਖ ਆਪਣੀ ਜੀਵਨ ਲੀਲਾ ਸਮਾਪਤ ਕਰਨ ਦੀ ਗੱਲ ਆਖੀ ਗਈ। ਇੱਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆ ਰਿਹਾ ਹੈ ਜਿੱਥੇ ਯੂਪੀ ਦੇ ਜ਼ਿਲ੍ਹੇ 'ਚ ਤੈਨਾਤ ਮਹਿਲਾ ਜੱਜ ਨੇ ਆਪਣੇ ਜ਼ਿਲ੍ਹਾ ਜੱਜ ਤੋਂ ਤੰਗ ਆ ਕੇ ਭਾਰਤ ਦੇ ਮੁੱਖ ਜੱਜ ਨੂੰ ਪੱਤਰ ਲਿਖ ਇੱਕ ਅਜਿਹੀ ਮੰਗ ਰੱਖੀ ਜਿਸ ਨੂੰ ਸੁਣ ਤੁਸੀਂ ਵੀ ਹੈਰਾਨ ਰਹਿ ਜਾਓਗੇ। ਦਰਅਸਲ ਮਾਮਲਾ ਉੱਤਰ ਪ੍ਰਦੇਸ਼ ਦਾ ਦੱਸਿਆ ਜਾ ਰਿਹਾ ਹੈ ਜਿੱਥੇ ਮਹਿਲਾ ਜੱਜ ਨੇ ਆਪਣੇ ਜ਼ਿਲ੍ਹਾ ਜੱਜ ਤੋਂ ਤੰਗ ਆ ਕੇ ਭਾਰਤ ਦੇ ਮੁੱਖ ਜੱਜ ਨੂੰ ਪੱਤਰ ਲਿਖ ਆਪਣੀ ਜੀਵਨ ਲੀਲਾ ਸਮਾਪਤ ਕਰਨ ਦੀ ਗੱਲ ਆਖੀ ਅਤੇ ਅਸਲ 'ਚ ਮਹਿਲਾ ਜੱਜ ਦੇ ਅਨੁਸਾਰ 7 ਅਕਤੂਬਰ 2022 ਨੂੰ ਉਹਨਾਂ ਦੀ ਪਿਛਲੀ ਪੋਸਟਿੰਗ ਜ਼ਿਲ੍ਹੇ ਵਿੱਚ ਕੰਮ ਕਰਦੇ ਹੋਏ ਜ਼ਿਲ੍ਹਾ ਬਾਰ ਐਸੋਸੀਏਸ਼ਨ ਨੇ ਅਦਾਲਤੀ ਕੰਮਕਾਜ ਦਾ ਬਾਈਕਾਟ ਕੀਤਾ ਸੀ ਅਤੇ ਉਸੇ ਦਿਨ ਉਹ ਸਵੇਰੇ 10:30 ਵਜੇ ਅਦਾਲਤ ਵਿੱਚ ਕੰਮ ਕਰ ਰਹੀ ਸੀ ਅਤੇ ਇਸੇ ਦੌਰਾਨ ਬਾਰ ਐਸੋਸੀਏਸ਼ਨ ਦੇ ਜਨਰਲ ਸਕੱਤਰ ਸੀਨੀਅਰ ਮੀਤ ਪ੍ਰਧਾਨ ਅਤੇ ਕਈ ਅਧਿਕਾਰੀ ਅਤੇ ਵਕੀਲ ਕੋਰਟ ਰੂਮ ਵਿੱਚ ਦਾਖਲ ਹੋਏ ਅਤੇ ਉਸ ਮਹਿਲਾ ਜੱਜ ਨਾਲ ਦੁਰਵਿਵਹਾਰ ਕੀਤਾ। ਅਗਲੇ ਦਿਨ 8 ਅਕਤੂਬਰ ਨੂੰ ਜਦੋਂ ਸੀਨੀਅਰ ਜੱਜ ਨੂੰ ਸ਼ਿਕਾਇਤ ਕੀਤੀ ਗਈ ਤਾਂ ਸੁਣਵਾਈ ਨਹੀਂ ਹੋਈ ਅਤੇ ਹਾਈ ਕੋਰਟ ਨੇ ਵੀ ਸ਼ਿਕਾਇਤ ਤੋਂ ਬਾਅਦ ਕੋਈ ਨੋਟਿਸ ਨਹੀਂ ਲਿਆ ਜਿਸ ਕਾਰਨ ਮਹਿਲਾ ਜੱਜ ਵੱਲੋਂ ਭਾਰਤ ਦੇ ਮੁੱਖ ਜੱਜ ਨੂੰ ਪੱਤਰ ਲਿਖ ਆਪਣੀ ਜੀਵਨ ਲੀਲਾ ਸਮਾਪਤ ਕਰਨ ਦੀ ਗੱਲ ਆਖੀ ਗਈ।